ਦਲਜੀਤ ਦੋਸਾਂਝ ਇੰਟਰਵਿਊ ਲਈ ਨਾ ਵੀਰੇ ਸੌਰੀ ਯਾਰ ਯਾਰ ਅੱਜ ਤਾਂ ਜਗਜੀਤ ਸੰਧੂ ਆ ਰਿਹਾ ਹੈ ਹਾਂ ਵੀ ਇੰਨੀ ਲੇਟ ਸੌਰੀ ਸੌਰੀ ਸਰ ਮੈਂ ਉਹ ਸਿਗਨਲ ਬਹੁਤ ਨੇ ਚੰਡੀਗੜ੍ਹ 'ਚ ਲੇਟ ਹੋ ਬਹਿ ਜਾ ਬੈਠੋ ਬੈਠੋ ਥੈਂਕ ਯੂ ਸੋ ਮਿਸਟਰ ਸੰਧੂ ਕੀ ਪ੍ਰਪੋਜ਼ਲ ਲੈ ਕੇ ਆਏ ਹੋ ਮੈਂ ਨਾ ਤੁਹਾਡੀ ਇੱਕ ਇੰਟਰਵਿਊ ਕਰਨੀ ਚਾਹੁੰਦਾ ਕੀ ਖਾਸ ਚੀਜ਼ ਹੈ ਜਿਹੜਾ ਤੁਹਾਨੂੰ ਬੱਚਾ ਕਿਹਾ ਜਾਂਦਾ ਨਾ ਜੀ ਉਹ ਗੁਨਾਹ ਹੈ ਬੱਚੇ ਤਾਂ ਸਾਡੇ ਟਾਈਮ ਹੁੰਦੇ ਸੀ ਲਿਫਾਫਿਆਂ 'ਤੇ ਪਤੰਗ ਬਣਾਉਣੇ ਨਲੀਆਂ ਵਗੀ ਜਾਣੀਆਂ ਹੈ ਨਾ ਘੋੜੇ ਹੋਣੇ ਅੱਡੇ ਅੱਡੇ ਹੁੰਦੇ ਆ ਜੀ ਤੁਹਾਡੇ ਹੁੰਦੇ ਤੁਸੀਂ ਬੱਚੇ ਨਹੀਂ ਹੈਗੇ ਜੀ ਤੁਸੀਂ ਬਹੁਤ ਅੱਗੇ ਦੀ ਚੀਜ਼ ਹੋ ਇਹ ਰਿਸਪੈਕਟ ਤੁਹਾਨੂੰ ਮਿਲਣੀ ਚਾਹੀਦੀ ਹੈ ਅਤੇ ਚੇਂਜ ਕਿਵੇਂ ਹੋਊਗਾ ਕਿਵੇਂ ਹੋਊਗਾ ਉਹ ਮੈਂ ਤੁਹਾਨੂੰ ਇੰਟਰਵਿਊ 'ਚ ਦੱਸੂੰਗਾ ਬਟ ਇਸ ਇੰਟਰਵਿਊ ਤੋਂ ਬਾਅਦ ਮੇਰਾ ਪ੍ਰੋਮਿਸ ਹੈ ਬੱਚੇ ਮੰਨ ਕੇ ਸੱਚੇ ਇਹ ਕੰਮ ਬੱਚਿਆਂ ਦਾ ਨਹੀਂ ਹੈ ਇਹ ਤੁਹਾਨੂੰ ਕੋਈ ਨਹੀਂ ਕਹੂਗਾ ਇਹ ਮੇਰਾ ਪ੍ਰੋਮਿਸ ਤੁਸੀਂ ਕਦੇ ਕਿਸੇ ਦੀ ਇੰਟਰਵਿਊ ਲਿੱਤੀ ਵੀ ਹੈ ਇੰਟਰਵਿਊ ਲਿਆ ਤਾਂ ਨਹੀਂ ਜੀ ਪਰ ਇੰਟਰਵਿਊ ਦਿੱਤੇ ਬਹੁਤ ਬਾਕੀ ਯੂਟਿਊਬ 'ਤੇ ਅੱਜ ਕੱਲ੍ਹ ਇੰਟਰਵਿਊ ਬਹੁਤ ਚੱਲਦੇ ਆ ਮੈਂ ਸਿੱਖ ਲੂੰਗਾ ਜੀ ਤੁਸੀਂ ਬਸ ਪਲੀਜ਼ ਥੋੜ੍ਹਾ ਜਿਹਾ ਟਾਈਮ ਦੇ ਦੂੰਗਾ ਤੋ ਦੇਖੋ ਵੀ ਸਾਰੇ ਮੁੰਡਾ ਨਵਾਂ ਲੱਗਦਾ ਇੱਕ ਚਾਂਸ ਦੇ ਕੇ ਦੇਖ ਲੈਂਦੇ ਆ ਕੀ ਕਹਿੰਦਾ ਬਾਈ ਕਰ ਲਈ ਚਲੋ ਬਾਈ ਠੀਕ ਹੈ ਡਨ ਆ ਸਾਡੇ ਵੱਲੋਂ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਮੈਮ ਪਲੀਜ਼ ਤੁਸੀਂ ਪਹੁੰਚੋ ਮੈਂ ਤੁਹਾਨੂੰ ਲੋਕੇਸ਼ਨ ਭੇਜ ਦਿੰਦਾ ਠੀਕ ਹੈ ਜੀ ਬਾਕੀ ਚੀਜ਼ਾਂ ਆਪਾਂ ਬਾਕੀ ਗੱਲਾਂ ਸਾਰੀਆਂ ਆਪਾਂ ਇੰਟਰਵਿਊ ਦੇ ਵਿੱਚ ਡਿਸਕਸ ਕਰਾਂਗੇ ਥੈਂਕ ਯੂ ਸੋ ਮੱਚ ਪਰ ਯਾਦ ਰੱਖੋਗੇ ਤੁਸੀਂ ਇੰਟਰਵਿਊ ਠੀਕ ਹੈ ਜੀ ਥੈਂਕ ਯੂ ਸੋ ਮੱਚ ਬਾਏ ਬਾਏ ਉੱਪਰ ਦਾ ਬੈਗ 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 ਰਹਿ ਗਿਆ ਓਹ ਫਿਰ 3:30 ਜਾਮ ਲਾਉਂਗੇ ਯਾਰ ਜੇ ਕੁਝ ਨਿਕਲ ਥੈਂਕ ਯੂ ਸੋ ਮੱਚ ਹੁਣ ਕਤਾਂ ਆ ਰਹੇ ਹੋ ਯਾਰ ਸੌਰੀ ਮੈਨੂੰ ਸ਼ੱਕ ਜਿਹਾ ਹੋ ਰਿਹਾ ਯਾਰ ਵੈਸੇ ਚਾਂਸ ਦੇ ਗਲਤੀ ਤਾਂ ਨਹੀਂ ਕੀਤੀ ਆ ਜਾਓ ਤੁਸੀਂ ਉੱਥੇ ਹਾਂ ਵੀ ਬੱਚਾ ਪਾਰਟੀ ਤਿਆਰ ਹੋ ਹਾਂ ਜੀ ਸਵਾਲ ਪੁੱਛਣ ਤੋਂ ਪਹਿਲਾਂ ਮੈਨੂੰ ਜਾਵੇ ਕਿ ਪਹਿਲਾਂ ਹੱਸ ਕੇ ਦਿਖਾਏਗਾ ਬਹੁਤ ਸੋਹਣਾ ਹੱਸਦਾ ਵੀ ਜਾਵੇ ਅੱਛਾ ਮੈਨੂੰ ਐਂ ਦੱਸੋ ਤੁਹਾਡੇ ਚੋਂ ਸਭ ਤੋਂ ਸਮਾਰਟ ਕੌਣ ਮੈਂ ਸਾਰੇ ਸਮਾਰਟ ਹੋ ਤੁਸੀਂ ਤੁਹਾਨੂੰ ਇਹ ਕਿਉਂ ਲੱਗਦਾ ਸਾਰਿਆਂ ਲਈ ਸਵਾਲ ਹੈ ਕਿ ਤੁਸੀਂ ਆਪਣੇ ਮਾਂ ਪਿਓ ਤੋਂ ਜ਼ਿਆਦਾ ਸਮਾਰਟ ਹੋ ਕਿਉਂਕਿ ਉਹਨਾਂ ਦੀ ਜਨਰੇਸ਼ਨ ਪੁਰਾਣੀ ਸੀ ਤਾਂ ਸਾਡੀ ਨਵੀਂ ਜਨਰੇਸ਼ਨ ਆ ਸਾਨੂੰ ਸਾਰੀਆਂ ਡਿਜੀਟਲ ਚੀਜ਼ਾਂ ਦਾ ਪਤਾ ਸਾਰੀਆਂ ਚੀਜ਼ਾਂ ਦਾ ਪਤਾ ਤਾਂ ਕਰਕੇ ਸਮਾਰਟ ਆਨਸਰ ਮਤਲਬ ਡੈਡੀ ਹੋਰੀ ਵਿਚਾਰੇ ਟੀਨਾ ਟੂਨਾ ਸੈੱਟ ਕਰਦੇ ਰਹੇ ਤੁਹਾਡੇ ਵੀ 4G ਆ ਗਿਆ ਵਾਓ ਇੰਗਲਿਸ਼ ਆਨਸਰ ਹਾਂ ਵੀ ਤੂੰ ਦੱਸ ਵੀ ਮੇਰੇ ਮੰਮਾ ਕਹਿੰਦੇ ਸੀ ਕਿ ਜਦੋਂ ਆਪਾਂ ਛੋਟੇ ਹੁੰਦੇ ਨਹੀਂ ਤੇ ਟੀਵੀ ਜਦੋਂ ਹਿੱਲ ਜਾਂਦਾ ਸੀ ਨਾ ਆਪਾਂ 2 ਰੁਪਏ ਭਰਾ ਦੇ ਕੇ ਤੇ ਉੱਪਰ ਟੀਨਾ ਸੈੱਟ ਕਰਨੀ ਹੁਣ ਕੀ ਹੁੰਦਾ ਹੁਣ ਆਪਾਂ ਇੰਨੇ ਸਮਾਰਟ ਹਾਂ ਕਿ ਜਦੋਂ ਵੀ ਟੀਵੀ ਦੀ ਡਿਸ਼ ਹਿੱਲਦੀ ਆ ਟੀਵੀ ਦਾ ਚੈਨਲ ਹੀ ਬਦਲ ਦਿੰਦੇ ਹਾਂ ਜਦੋਂ ਹੀ ਚੈਨਲ ਦਾ ਪੈਸੇ ਮੁੱਕ ਜਾਂਦੇ ਆ ਉਦੋਂ ਤਾਂ ਇੱਕ ਚੈਨਲ ਚੱਲਦਾ ਹੁੰਦਾ ਸੀ ਆਪਾਂ ਮਤਲਬ ਐ ਨਹੀਂ ਕਹਿ ਸਕਦੇ ਕਿ ਆਪਾਂ ਉਹਨਾਂ ਤੋਂ ਜ਼ਿਆਦਾ ਸਮਾਰਟ ਆ ਸਾਨੂੰ ਜਿੱਦਾਂ ਜ਼ਿਆਦਾ ਪ੍ਰਾਇਓਰਟੀਜ਼ ਦੇ ਜਾਂਦੀਆਂ ਉਹਨਾਂ ਕੋਲ ਡਿਜੀਟਲ ਫੋਨ ਵਗੈਰਾ ਨਹੀਂ ਹੁੰਦੇ ਸੀਗੇ ਉਹ ਬਟਨਾਂ ਵਾਲੇ ਫੋਨ 'ਤੇ ਜਾਂ ਫਿਰ PCO 'ਤੇ ਜਾ ਕੇ ਕਾਲ ਵਗੈਰਾ ਕਰਦੇ ਸੀਗੇ ਹੁਣ ਸਾਡੇ ਕੋਲ ਇੰਨੀਆਂ ਪ੍ਰਾਇਓਰਟੀਜ਼ ਕਿ ਹੈਗੀਆਂ ਨੇ ਕਿ ਆਪਾਂ ਫੋਨ ਤੋਂ ਹੀ ਆਪਣੇ ਘਰ ਬੈਠੇ ਜਿੱਥੇ ਹੀ ਫੋਨ ਕਰ ਸਕਦੇ ਡਿਜੀਟਲ ਚਲੋ ਮੈਂ ਤਾਂ ਤੁਹਾਨੂੰ ਸਵਾਲ ਪੁੱਛ ਰਿਹਾ ਹੁਣ ਤੁਹਾਡੀ ਵਾਰੀ ਹੈ ਵਾਅਦੇ ਮੁਤਾਬਕ ਪੁੱਛੋ ਕੀ ਸਵਾਲ ਪੁੱਛਣਾ ਤਾਂ ਸਾਰੇ ਵੱਡੇ ਲੋਕ ਸਾਨੂੰ ਟੋਕਦੇ ਰਹਿੰਦੇ ਨੇ ਕਦੀ ਇਹ ਨਾ ਕਰੋ ਕਦੀ ਉਹ ਨਾ ਕਰੋ ਹੋਰ ਕੋਈ ਕੰਮ ਨਹੀਂ ਹੈ ਵੱਡੇ ਲੋਕਾਂ ਨੂੰ ਟੋਕਣਾ ਹੀ ਕੰਮ ਹੈ ਉਹਨਾਂ ਦਾ ਤੂੰ ਇਹ ਪੁੱਛ ਰਿਹਾ ਵੀ ਇਹ ਸਾਨੂੰ ਕਿਉਂ ਟੋਕਦੇ ਆ ਵੀ ਟੋਕਣਾ ਫਰਜ਼ ਹੈ ਉਹ ਵੱਡੇ ਆ ਅੱਛਾ ਜਦੋਂ ਮੈਂ ਸਕੂਲ 'ਚ ਪੜ੍ਹਦਾ ਹੁੰਦਾ ਸੀ ਨਾ ਮੈਂ ਵੀ ਪੜ੍ਹਦਾ ਸੀ ਹੱਸਦਾ ਕਿਉਂ ਹੈ ਅਤੇ ਅਸੀਂ ਨਾ ਬਾਂਦੇ ਅਗਲੇ ਦਿਨ ਟੈਸਟ ਹੁੰਦਾ ਮੈਡਮ ਤੋਂ ਕਈ ਵਾਰ ਨਾ ਮੈਡਮ ਜਾਂ ਸਰ ਕਿਸੇ ਤੋਂ ਡਰ ਲੱਗਦਾ ਹੁੰਦਾ ਨਾ ਵੀ ਇਹ ਜ਼ਿਆਦਾ ਕੁੱਟੂਗੀ ਅੱਜ ਕੱਲ੍ਹ ਤਾਂ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ ਹੋਣਾ ਉਦੋਂ ਬੜੇ ਕੁੱਟਦੇ ਹੁੰਦੇ ਸੀ ਨਾ ਦੇਖੋ ਮਤਲਬ ਹੁਣ ਹਲੇ ਮਤਲਬ ਰੀਸੈਂਟਲੀ ਰੂਲ ਲਾਗੂ ਹੋਇਆ ਉਹ ਤੋਂ ਪਹਿਲੇ ਸਾਡੇ ਵੀ ਕੁੱਟ ਬਥੇਰੀ ਪਈ ਹੈ ਆ ਕੁੱਟ ਕੇ ਬੜਾ ਹਾਂ ਤੇਰੇ ਪੈਂਦੀ ਕੁੱਟ ਯੇ ਤੈਨੂੰ ਕੁੱਟ ਪੈਂਦੀ ਕਿਵੇਂ ਕੁੱਟ ਪੈਂਦੀ ਦੱਸ ਡੰਡੇ ਮਾਰ ਮਾਰ ਕੇ ਟੀਚਰ ਸੇ ਕਿੱਥੇ ਮਾਰਦੇ ਡੰਡੇ ਮੁਰਗਾ ਬਣਿਆ ਕਦੇ ਕਿਵੇਂ ਬਣਾਉਂਦਾ ਉਹਨਾਂ ਇਹ ਬਣਦਾ ਹੀ ਰਹਿੰਦਾ ਤੂੰ ਤਾਂ ਬਣਿਆ ਮੁਰਗਾ ਕਦੇ ਨਹੀਂ ਬਣਿਆ ਮੁਰਗੀ ਤਾਂ ਨਹੀਂ ਬਣਦਾ ਮੁਰਗੀ ਅੱਛਾ ਇਹ ਦੱਸੋ ਸਿੰਪਲ ਜਵਾਬ ਜਦੋਂ ਟੈਸਟ ਹੁੰਦਾ ਆਪਾਂ ਬਹਾਨਾ ਮਾਰ ਲੈਂਦੇ ਹਾਂ ਵੀ ਅੱਜ ਜੀ ਨਹੀਂ ਕਰਦਾ ਜੇ ਸਕੂਲ 'ਚ ਗਏ ਆਪਾਂ ਨੂੰ ਕੁੱਟ ਪਊਗੀ ਹੈ ਨਾ ਹੁਣ ਐਂ ਦੱਸੋ ਵੀ ਬਹਾਨੇ ਮਾਰ ਦਿੰਦੇ ਸੀ ਹੈ ਨਾ ਤੁਹਾਡੇ ਕਿਹੋ ਜਿਹੇ ਬਹਾਨੇ ਹੁੰਦੇ ਸੀ ਇਹ ਹੈ ਕਿ ਅੱਜ ਕੱਲ੍ਹ ਤਾਂ ਮਤਲਬ ਮੰਮੀ ਹੋਣੀ ਮਤਲਬ ਇਹ ਹੈ ਕਿ ਸਕੂਲ 'ਚ ਸਾਡਾ ਜ਼ਿਆਦਾ ਮਨ ਲੱਗਦਾ ਬਾਕੀ ਦੋਸਤਾਂ ਨਾਲ ਜਿਵੇਂ ਮਨ ਜਿਹਾ ਲੱਗਿਆ ਰਹਿੰਦਾ ਸਕੂਲ 'ਚ ਬਾਕੀ ਆਪਣੀ ਮਹਿਫਲ ਜੀ ਲੱਗੀ ਰਹਿੰਦੀ
ਤੇ ਤਾਂ ਕਰਕੇ ਆਪਾਂ ਜ਼ਿਆਦਾ ਸਕੂਲ ਜਾਣਾ ਪ੍ਰੈਫਰ ਕਰਦੇ ਉਹਦੇ ਕਰਕੇ ਕਰਦੇ ਕਹਿੰਦੇ ਕਿ ਛੁੱਟੀ ਜੇ ਮਤਲਬ ਮਾੜਾ ਜਿਹਾ ਕਹੋ ਕਿ ਮੰਮੀ ਮੈਂ ਕੱਲ ਨਹੀਂ ਜਾਣਾ ਤਾਂ ਕਹਿੰਦੇ ਕੋਈ ਨਹੀਂ ਯਾਰ ਨਾ ਆ ਜਾ ਕਦੇ ਮਨ ਕੀਤਾ ਹੋਵੇ ਵੀ ਅੱਜ ਛੁੱਟੀ ਮਾਰਨੀ ਕੀ ਬਹਾਨਾ ਕੀ ਲਾਉਂਦੇ ਹੋ ਮੈਂ ਤਾਂ ਦੂਧ ਪੀ ਰਿਹਾ ਸੁਬਾਨਾ ਨਹੀਂ ਮੈਂ ਸਵੇਰ ਉੱਠ ਕੇ ਦੂਧ ਪੀ ਕੇ ਦੁਬਾਰਾ ਸੌ ਜਾਤਾ ਤੇ ਇਹ ਬਹਾਨਾ ਕੀ ਹੈ ਯਹੀ ਹੈ ਮੇਰੇ ਡਰਾਮਾ ਸਾਡੇ ਤਾਂ ਬਹਾਨੇ ਆਏ ਹੁੰਦੇ ਸਾਰੇ ਬਹਾਨੇ ਵਿਅਸਤ ਹੋ ਜਾਂਦੇ ਜਦੋਂ ਨਾ ਢਿੱਡ ਪੀੜ ਸਿੜ ਪੀੜ ਹੁਣ ਹਰ ਵਾਰ ਥੋੜੀ ਹੀ ਚੱਲਦਾ ਹੁੰਦਾ ਕਿਸੇ ਨੇ ਐ ਕਿਹਾ ਵੀ ਅੱਜ ਮੇਰੇ ਨਾਨਾ ਜੀ ਦੂਰ ਦੇ ਨਾਨਾ ਜੀ ਚੜ੍ਹਾਈ ਕਰ ਗਏ ਸਾਨੂੰ ਇਸ ਗੱਲ ਦਾ ਜਵਾਬ ਦਿਓ ਕਿ ਜਦੋਂ ਅਸੀਂ ਘਰੇ ਹੁੰਦੇ ਹਾਂ ਤਾਂ ਸਾਨੂੰ ਜੇ ਕੋਈ ਅਸੀਂ ਗਲਤੀ ਕਰ ਦਿੰਦੇ ਹਾਂ ਤਾਂ ਮੰਮਾ ਆਪਾਂ ਤਾਂ ਡਾਂਟ ਪੈਂਦੀ ਆ ਤਾਂ ਕਹਿੰਦੇ ਤੁਸੀਂ ਸਕੂਲੋਂ ਇਹ ਸਿੱਖ ਕੇ ਆਉਂਦੇ ਹੋ ਅਤੇ ਜਦੋਂ ਸਕੂਲੇ ਡਾਂਟ ਪੈਂਦੀ ਆ ਤਾਂ ਟੀਚਰਸ ਕਹਿ ਦਿੰਦੇ ਆ ਕਿ ਤੁਸੀਂ ਘਰੋਂ ਇਹ ਸਿੱਖ ਕੇ ਆਉਂਦੇ ਹੋ ਹੁਣ ਦੱਸੋ ਕਿ ਇਹ ਜਿਹੜੇ ਵੱਡੇ ਲੋਕ ਹੁੰਦੇ ਹਮੇਸ਼ਾ ਇੱਦਾਂ ਹੀ ਕਾਹਤੋਂ ਕਰਦੇ ਆ ਕਿਉਂਕਿ ਵੱਡਿਆਂ ਨਾਲ ਵੀ ਐਂ ਹੋਇਆ ਇਹ ਪਿੱਛੋਂ ਚੱਲਦਾ ਹੀ ਆਇਆ ਇਹਦਾ ਜਵਾਬ ਕਿਸੇ ਕੋਲ ਨਹੀਂ ਪੀੜ੍ਹੀ ਦਰ ਪੀੜ੍ਹੀ ਚੱਲਦਾ ਇਹ ਚੱਲਦਾ ਹੀ ਆ ਕੁਛ ਚੀਜ਼ਾਂ ਚੱਲਦੀਆਂ ਆਉਂਦੀਆਂ ਨੇ ਚੱਲਦੀਆਂ ਰਹਿਣੀਆਂ ਨੇ ਹੈ ਨਾ ਹੁਣ ਦੇਖੋ ਘਰੇ ਲੜਾਈ ਪਈ ਹੋਵੇ ਹੈ ਨਾ ਮੰਮੀ ਕੋਲ ਬੈਠੀ ਹੋਵੇ ਅਤੇ ਤੇਰੇ ਡੈਡੀ ਨੇ ਕਿਹਾ ਹੋਵੇ ਕਿ ਬੇਟਾ ਮੰਮਾ ਕੋ ਕਹਿ ਦਿਉ ਆਜ ਨਹੀਂ ਜਾਣਾ ਹੈ ਹੋਇਆ ਕਦੇ ਹਿੰਦੀ ਚ ਤਾਂ ਨਹੀਂ ਕਿਹਾ ਪੰਜਾਬੀ ਚ ਕਿਹਾ ਹੋਣਾ ਉਹ ਇੱਕ ਤਾਂ ਮੇਰਾ ਹਿੰਦੀ ਵਾਲਾ ਗੇਮ ਚੱਲ ਪੈਂਦਾ ਤੇਰੀ ਲੈਂਗੁਏਜ ਦੇਖ ਕੇ ਹੋਇਆ ਕਦੇ ਇੱਦਾਂ ਕਹਿਣਾ ਉਹਨੂੰ ਹੁੰਦਾ ਪਰ ਬੱਚੇ ਦਾ ਇਸਤੇਮਾਲ ਕਰਦੇ ਹੈ ਨਾ ਬੱਚੇ ਥਰੂ ਗੱਲ ਕਰਦੇ ਆ ਉਵੇਂ ਹੈ ਬੱਚਾ ਇੱਕ ਕਿਸਮ ਦਾ ਡਾਕੀ ਹੁੰਦਾ ਡਾਕੀ ਨਾਲ ਗੱਲ ਕਰਦਾ ਹਾਂ ਇੰਡਾਇਰੈਕਟ ਮੰਮਾ ਜਦੋਂ ਮੰਮਾ ਬੱਚੇ ਇੱਕ ਤਰ੍ਹਾਂ ਦੇ ਡਾਕੀ ਹੁੰਦੇ ਨੇ ਆਪਣੀ ਗੱਲ ਇੱਕ ਦਰ ਹੀ ਉਧਰ ਪਹੁੰਚਾਉਂਦੇ ਆ ਸਕੂਲ ਵਾਲੀ ਗੱਲ ਕਰੇ ਤੇ ਘਰ ਵਾਲੀ ਗੱਲ ਸਕੂਲ ਚ ਸਕੂਲ ਚ ਹੈਨਾ ਹੁਣ ਜਿਹੜਾ ਸਭ ਤੋਂ ਇੰਪੋਰਟੈਂਟ ਸਵਾਲ ਮੈਂ ਤੁਹਾਨੂੰ ਪੁੱਛਣ ਲੱਗਿਆ ਜਿਹੜਾ ਇਸ ਉਮਰ ਚ ਸਾਰੇ ਪੁੱਛ ਲੈਂਦੇ ਆ ਪੜ੍ਹਨਾ ਵਧੀਆ ਲੱਗਦਾ ਕਿ ਖੇਡਣਾ 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 ਪੜ੍ਹਨਾ ਖੇਡਣਾ ਮਿਕਸ ਵੋਟ ਆ ਵਾਰੀ ਵਾਰੀ ਆਪਾਂ ਵੀ ਜਾਣਦੇ ਆ ਤੁਸੀਂ ਦੱਸੋ ਜੀ ਭੰਗੜਾ ਪਾਉਣਾ ਪੜ੍ਹਨਾ ਮਾਮੂ ਲਾਏ ਦਾ ਮੈਨੂੰ ਅਕੈਡਮੀ ਆ ਕੇ ਜੋ ਮੇਰਾ ਪੇਪਰ ਹੁੰਦਾ ਤੇ ਮੇਰੇ ਮੰਮਾ ਚਪੇੜਾ ਮਾਰਦੀ ਆ ਚਪੇੜ ਹਾਂ ਤੇ ਫਿਰ ਮੈਨੂੰ ਰਾਤ 1 ਵਜੇ ਤੱਕ ਜਾਗਣਾ ਪੈਂਦਾ ਜੇ ਤੇਰੇ ਚਪੇੜਾ ਪੈਂਦੀ ਉਦੋਂ ਨਹੀਂ ਆ ਕਰਨਾ ਏ ਹਾਂ ਨਹੀਂ ਚਲੋ ਹੁਣ ਤੁਹਾਡੀ ਵਾਰੀ ਤੁਸੀਂ ਪੁੱਛੋ ਸਵਾਲ ਦੇਖੋ ਜੀ ਤੁਹਾਡਾ ਵਿਆਹ ਹੋ ਗਿਆ ਨਾ ਆਪਾਂ ਮੰਨਦੇ ਹੋ ਗਿਆ ਤੇ ਚਲੋ ਆਪਾਂ ਵੀ ਵੱਡੇ ਹੋ ਕੇ ਕਰਾਉਣਾ ਹੀ ਹੈ ਜੇ ਮੰਨ ਲਓ ਵੋਟੀ ਤੇ ਮਾਂ ਦੇ ਵਿੱਚ ਤੂੰ ਮੈਂ ਹੋ ਜਾਂਦੀ ਨੋਰਮਲ ਹੈ ਤੇ ਫਿਰ ਮਤਲਬ ਬੰਦੇ ਨੂੰ ਕੀ ਕਰਨਾ ਚਾਹੀਦਾ ਮਤਲਬ ਬੰਦਾ ਬਸ ਐ ਰੌਣ ਨਾਲ ਬਹਿ ਜਾਵੇ ਅੱਗੇ ਰਿਮੋਟ ਵਾਂਗ ਐ ਦੇਖੇ ਐ ਬਹਿ ਜਾਵੇ ਬਸ ਬਸ ਐ ਕਹਿੰਦੇ ਹੋ ਜੀ ਸ਼ੁਰੂ ਤੁਸੀਂ ਆਨੰਦ ਨਹੀਂ ਲੈਂਦੇ ਜਦੋਂ ਮੰਮੀ ਡੈਡੀ ਦੀ ਲੜਾਈ ਪੈ ਰਹੀ ਹੁੰਦੀ ਹਾਂ ਤੁਸੀਂ ਬਸ ਐ ਨਹੀਂ ਕਰ ਰਹੇ ਹੁੰਦੇ ਆ ਉਹ ਤਾਂ ਕੋਈ ਫਿਰ ਮੰਮੀ ਡੈਡੀ ਹੋ ਗਏ ਨਾ ਫਿਰ ਵੋਟੀ ਤੇ ਥੋੜੀ ਮਾਂ ਦਾ ਮਤਲਬ ਆਪਾਂ ਤਾਂ ਇੰਜੋਏ ਕਰਦੇ ਆ ਵੀ ਲੱਗੇ ਰੋ ਜਦੋਂ ਨਿਬੜ ਗਿਆ ਉਦੋਂ ਦੱਸ ਦਿਓ ਚਾਹ ਧਰ ਲਈਦੀ ਐ ਕੋਲ ਵੀ ਹੋ ਜਾ ਸ਼ੁਰੂ ਇਹ ਕਾਫੀ ਇੰਜੋਏ ਕਰਨਾ ਚਾਹੀਦਾ ਮਾੜੀ ਮੋਟੀ ਲੜਾਈ ਘਰ ਚੱਲੀ ਤੁਹਾਡੇ ਤਾਂ ਹੁੰਦੀ ਮੰਮੀ ਡੈਡੀ ਲੜਦੇ ਆ ਨਾ ਬਹੁਤ ਯਾਰ ਹਾਂ ਬੜਾ ਲੜਦੇ ਮੈਨੂੰ ਰੋਂ ਬੜਾ ਮੰਦਾ ਨਾਲੇ ਮਜ਼ਾ ਆਉਂਦਾ ਤੈਨੂੰ ਮੈਨੂੰ ਕਿਹੜੀ ਗੱਲ ਤੋਂ ਲੜ ਪੈਂਦੇ ਪਤਾ ਨਹੀਂ ਕਿ ਮੁੰਡਾ ਭੰਗੜਾ ਹੀ ਪਾਈ ਜਾਂਦਾ ਕੰਮ ਨਹੀਂ ਕਰਦਾ ਸਮਝਾਉਂਦਾ ਤੈਨੂੰ ਸਮਝਾਉਂਦਾ ਕੌਣ ਆ ਫਿਰ ਪਾਪਾ ਸਮਝਾਉਂਦੇ ਮੰਮੀ ਨਹੀਂ ਸਮਝਾਉਂਦੀ ਕਹਿੰਦੇ ਆ ਕਹਿੰਦੇ ਕਿ ਦੱਬੇ ਰੱਖ ਕੰਮ ਹੋਰ ਕੀ ਦਾਦੂ ਵੀ ਕਹਿੰਦੇ ਆ ਖਿੱਚੀ ਰੱਖ ਕਿ ਤੂੰ ਖਿੱਚੀ ਰੱਖ ਭੰਗੜਾ ਪਾ ਕੇ ਰੱਖਣਾ ਮੰਮਾ ਕਹਿੰਦੀ ਨਾ ਪੜ ਪੜ ਜਾ ਕੇ ਚੁੱਪ ਕਰਕੇ ਹਾਂ ਚਲੋ ਜੀ ਅੱਗੇ ਵਧਦੇ ਹੁਣ ਹਨਾ ਇਹ ਸਵਾਲ ਇੱਥੇ ਖਤਮ ਕਰਦੇ ਆ ਅੱਛਾ ਮੈਨੂੰ ਐ ਦੱਸੋ ਜਦੋਂ ਮੈਂ ਛੋਟਾ ਸੀ ਮੈਨੂੰ ਵੀ ਇੱਕ ਚੀਜ਼ ਪੁੱਛੀ ਜਾਂਦੀ ਸੀ ਹੈ ਨਾ ਕਿ ਪੁੱਤ ਵੱਡਾ ਹੋ ਕੇ ਕੀ ਬਣੇਗਾ ਆਫੀਸਰ ਹੈ ਨਾ ਉਹ ਤਾਂ ਤੂੰ ਬਣੇਗਾ ਨਾ ਤੇ ਇਹ ਆਮ ਹੀ ਤੁਹਾਨੂੰ ਮਤਲਬ ਮਿਲਦਾ ਹੋਣਾ ਪੁੱਛਣ ਨੂੰ ਹੈ ਨਾ ਬੰਦੂ ਬੰਦੂ ਤੇ ਤੂੰ ਵੀ ਵੱਡਾ ਹੋ ਕੇ ਬਣਨਾ ਹੈ ਦੱਸ ਮੈਂ ਵੱਡਾ ਹੋ ਕੇ ਬਣਨਾ ਮੈਂ ਉਹ ਖੜ ਜਾ ਬਾਬਾ ਮੈਂ ਵੱਡਾ ਹੋ ਕੇ ਬਣਨਾ ਪੁਲਿਸ ਅਫਸਰ ਬਣੇਗਾ ਸ਼ਾਬਾਸ਼ ਤਾੜੀਆਂ ਅੱਛਾ ਪੁਲਿਸ ਬਣ ਕੇ ਕਰੇਗਾ ਕੀ ਭੰਗੜਾ ਵੀ ਕਰਾਂਗਾ ਅੱਛਾ ਹੁਣ ਪੁਲਿਸ ਭੰਗੜਾ ਪਾਉਗੀ ਪੰਜਾਬ ਪੁਲਿਸ ਚ ਪੰਜਾਬ ਪੁਲਿਸ ਬਹਿ ਕੇ ਮਤਲਬ ਤੂੰ ਰੋਡ ਤੇ ਖੜਿਆ ਕਰੇਗਾ ਐ ਚਲਾਨ ਕੱਟਿਆ ਕਰੇਗਾ ਲਾਜ ਕਰਦੇ ਐ ਕੱਟਿਆ ਕਰੇਗਾ ਚਲਾਨ ਅਫਸਰ ਕਿੱਡਾ ਕਿਹੜਾ ਅਫਸਰ ਬਣਨਾ ਵੱਡੇ ਵਾਲਾ ਕਿ ਛੋਟੇ ਵਾਲਾ ਵੱਡੇ ਵਾਲਾ ਨਾ ਚਲੋ ਵੱਡੇ ਵਾਲਾ ਮੈਂ ਬਣਾਂਗਾ ਤੂੰ ਐਡੇ ਵਾਲਾ ਐ ਬਣੇਗਾ ਕੀ ਬਣਨਾ ਤੂੰ ਵੀ ਬਣਨਾ ਦੱਸ ਆਫੀਸਰ ਤੂੰ ਹੀ ਆਫੀਸਰ ਚੋਰੀ ਕਰ ਲਿਆ ਤੂੰ ਇੱਥੇ ਨਹੀਂ ਮੈਨੇ ਵੀ ਵਹੀ ਬੰਨੇ ਤੂੰ ਤਾਂ ਆਈਡੀਆ ਚੋਰੀ ਕਰ ਲਿਆ ਨਹੀਂ ਕਿਹੜਾ ਅਫਸਰ ਬਣਨਾ ਦੱਸ ਪੁਲਿਸ ਵਾਲਾ ਡਾਕਟਰ ਜਾਂ ਕਿਹੜਾ ਕਿ ਸੋਚਿਆ ਨਹੀਂ ਅਜੇ ਪੁਲਿਸਮੈਨ ਪੁਲਿਸ ਚ ਬਣਨਾ ਨਾ ਪੁਲਿਸ ਵਾਲੇ ਤੁਸੀਂ ਜ਼ਿਆਦਾ ਤੁਸੀਂ ਕੀ ਬਣਨਾ ਮੇਰੀ ਤਾਂ ਲੜਾਈ ਹੋ ਜਾਂਦੀ ਘਰ ਚ ਫੇਰ ਪਿੱਛੋਂ ਕਹਾਣੀ ਸ਼ੁਰੂ ਕਰ
मेरे नाल आई होया सी मैं शुरू तो सोच लिया सी मैं एक्टिंग करनी है अज मैं एक्टिंग कर रहा है ना भाई तू की करना भाई मेरा फर्स्ट ओपिनियन ते एक्टिंग है उस तो बाद मम्मा एक्चुअली मेरे मम्मा स्टाफ नर्स ने ते मेरे मम्मा मेरे पेरेंट्स कहते हैं कि तू 11 12th च मेडिकल करके डॉक्टर बन जा ते दूजी चॉइस मेरी डॉक्टर बनना है जे एक चुनना पै गया फिर पढ़ाई डॉक्टरी ही करनी हां जी मतलब उठे ऑपरेशन करते वाले तेरे दिमाग च एक्टिंग वाला कीड़ा आ जाए फिर वो किवें कढेगा हैं जिहड़ी एक्टिंग है वो एक्सप्रेशंस दे नाल होनी है ਤੇ ਜਿਹੜੇ ਆਪਰੇਸ਼ਨ ਉਹ ਹੱਥਾਂ ਦੇ ਨਾਲ ਹੋਣਾ ਪਤਾ ਫਿਲਮਾਂ ਪੁਰਾਣੀਆਂ ਫਿਰ ਵੀ ਜੇ ਬਾਹੂਬਲੀ ਦੀ ਯਾਦ ਆ ਗਈ ਹੈ ਜੈ ਮਹੇਸ਼ ਮਜੀ ਦੇਖਿਆ ਤਰਾ ਪੁਰਾਣੀਆਂ ਫਿਲਮਾਂ ਚ ਇੱਥੇ ਲਾਲ ਬੱਤੀ ਲੱਗੀ ਹੁੰਦੀ ਗੇਟ ਤੇ ਹਨਾ ਗੇਟ ਤੋਂ ਬਾਹਰ ਆ ਗਿਆ ਡਾਕਟਰ ਆ ਕੇ ਇੱਕੋ ਗੱਲ ਕਹਿੰਦਾ ਹੁੰਦਾ ਸਾਰੀ ਜ਼ਿੰਦਗੀ ਆਈ ਐਮ ਸੌਰੀ ਸਰ ਆਪਕੇ ਪੇਸ਼ੈਂਟ ਕੋ ਨਹੀਂ ਬਚਾ ਪਾਇਆ ਇੱਕੋ ਡਾਲ ਹਨਾ ਤੂੰ ਕੀ ਬਣਨਾ ਬਈ ਮੈਂ ਤਾਂ ਐਕਟ੍ਰੈਸ ਬਣਨਾ ਐਂਡ ਸੈਕੰਡ ਚੀਜ਼ ਇਹ ਆ ਇੱਕ ਤਾਂ ਮੇਰੇ ਪਾਪਾ ਦਾ ਵੀ ਇਹ ਆ ਕਿ ਮੈਂ ਐਕਟ੍ਰੈਸ ਬਣਾ ਮੇਰਾ ਵੀ ਇਹੀ ਆ ਬਟ ਮੈਨੂੰ ਇੱਕ ਇਹ ਵੀ ਆ ਕਿ ਹੁਣ ਪਾਪਾ ਦਾ ਸੁਪਨਾ ਪੂਰਾ ਕਰਦੇ ਤੇ ਮੰਮਾ ਦਾ ਬਹੁਤ ਹੈ ਮੰਮਾ ਨੂੰ ਹੁੰਦਾ ਕਿ ਕੁੜੀ ਦਾ ਰੋਬ ਹੋਊਗਾ ਜੇ ਡਾਕਟਰ ਬਣੂੰਗੀ ਦੈਨ ਸੈਕੰਡ ਇਜ਼ ਡਾਕਟਰ ਤੇ ਮੈਂ ਦੋਨੋਂ ਕਰੂੰਗੀ ਰੋਬ ਜਦੋਂ ਆਪਾਂ ਨੌਕਰੀਆਂ ਦੇ ਨਾਂ ਲੈਂਦੇ ਆ ਪੁਲਿਸ ਡਾਕਟਰ ਇੰਜੀਨੀਅਰ ਇਸ ਤੋਂ ਬਾਅਦ ਕੋਈ ਨਾਂ ਨਹੀਂ ਹੁੰਦਾ ਬਾਕੀ ਨੌਕਰੀਆਂ ਨਹੀਂ ਯਾਰ ਨਹੀਂ ਬਾਕੀ ਨੌਕਰੀ ਨੌਕਰੀ ਨਹੀਂ ਬਟ ਡਾਕਟਰ ਦਾ ਨਾਂ ਇੱਕ ਹੁੰਦਾ ਕਿ ਸਾਡੇ ਪਿੰਡ ਜਿਹਦੇ ਕੋਲ ਬੈਗ ਹੁੰਦਾ ਉਹ ਡਾਕਟਰ ਬਣ ਜਾਂਦਾ ਸੀ ਉੱਥੇ ਲੋੜ ਹੀ ਨਹੀਂ ਡਿਗਰੀ ਕਰਨ ਦੀ ਹਨਾ ਨਾ ਕੋਈ ਸਮਾਨ ਨਾ ਇੰਡਕਸ਼ਨ ਨਾ ਕੁਝ इंसान बन जी ओही साडे लई बहुत है ते बस यही सोचे कि प्लस टू आर्ट्स च करके आपां NSD ਅੱਗੇ ਟਰਾਈ ਕਰਾਂਗੇ ਤੇ ਬਸ ਸਾਰਾ ਦਾ ਸੁੱਖ ਰੱਖਿਆ ਬਾਬੇ ਨੇ ਸੁੱਖ ਰੱਖਿਆ ਸਾਣੇ ਗੱਲ ਰੱਬ ਤੁਹਾਡੇ ਸਾਰੇ ਸੁਪਨੇ ਪੂਰੇ ਕਰੇ ਤਾਣੀਆਂ ਮਾਰ ਦੋ ਆਪਣੇ ਵਾਲੀ ਠੀਕ ਹੈ ਵੈਰੀ ਗੁੱਡ ਪਰ ਇਹ ਕਿ ਸੋਚਣਾ ਹੁਣ ਤੋਂ ਹੀ ਇਹ ਗੱਲ ਕੋਈ ਨਹੀਂ ਸਿਖਾਉਂਦਾ ਜੇ ਤੁਸੀਂ ਹੁਣ ਦਿਮਾਗ 'ਚ ਚੀਜ਼ ਬਣਾ ਲਈ ਪਾ ਲਈ ਅੱਗੇ ਜਾ ਕੇ ਅੱਜ ਨਹੀਂ ਤਾਂ 10 ਸਾਲਾਂ ਬਾਅਦ ਉਹ ਤੁਹਾਨੂੰ ਚੀਜ਼ ਮਿਲ ਜਾਣੀ ਅੱਜ ਚਿਲਡਰਨ ਡੇ ਆ ਅਤੇ ਆਪਾਂ ਚਿਲਡਰਨ ਡੇ 'ਤੇ ਇਹਨਾਂ ਦੀ ਪਰਫੋਰਮੈਂਸ ਨਾ ਦੇਖੀਏ ਇਹ ਹੋ ਹੀ ਨਹੀਂ ਸਕਦਾ ਤਾਂ ਆਪਾਂ ਸ਼ੁਰੂ ਕਰਦੇ ਹਾਂ ਜਿਹੜੇ ਆਪਣੇ ਕੋਲ ਸਿਆਣੇ ਬੰਦੇ ਆਏ ਹੋਏ ਨੇ ਇਹਨਾਂ 'ਚ ਕਲਾ ਕਲਾ ਕੀ ਆ ਇਹਨਾਂ 'ਚ ਕੀ ਗੁਬਾਨ ਪੜਿਆ ਹੋਇਆ ਉਹ ਆਪਾਂ ਕੱਢਦੇ ਹਾਂ ਜਿਹਨਾਂ 'ਚੋਂ ਹਾਂਜੀ ਕਰੀਏ ਸ਼ੁਰੂ ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ ਜਿਹੜੀਆਂ ਨਹੀਂ ਜਾਂਦੀਆਂ ਫਰੈਂਡ ਮੇਥੋਂ ਤੇਰੀਆਂ ਲੰਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ ਜਿਹੜੀਆਂ ਨਹੀਂ ਜਾਂਦੀਆਂ ਫਰੈਂਡ ਮੇਥੋਂ ਤੇਰੀਆਂ ਮੋਟਾ ਮੋਟਾ ਪਿੰਜਿਆ ਪਿਆ ਮੋਟਾ ਮੋਟਾ ਪਿੰਜਿਆ ਪਿਆ ਹਾਏ ਤੈਨੂੰ ਤੋਂ ਸੁਨੱਖਾ ਤੇਰਾ ਮੂੰਹ ਐ ਦਿਲ ਤੇਰਾ ਕਾਲਾ ਮੁੰਡਿਆ ਉਧਰ ਨੂੰ ਕਰ ਅਤੇ ਤੈਨੂੰ ਤੋਂ ਸੁਨੱਖਾ ਤੇਰਾ ਮੂੰਹ ਐ ਦਿਲ ਤੇਰਾ ਕਾਲਾ ਮੁੰਡਿਆ ਹਾਏ ਤੈਨੂੰ ਤੋਂ ਸੁਨੱਖਾ ਤੇਰਾ ਮੂੰਹ ਕੀ ਬਾਤ ਹੈ ਸ਼ਾਬਾਸ਼ ਪਾਪਾ ਉਹ ਬਹੁਤ ਬੇਰਹਿਮ ਸੀ ਇੰਜ ਲੱਗਦਾ ਜਿਵੇਂ ਉਹਨਾਂ ਦੇ ਸੀਨੇ ਵਿੱਚ ਦਿਲ ਹੀ ਨਾ ਹੋਵੇ ਉਹਨਾਂ ਨੇ ਮੈਨੂੰ ਬਹੁਤ ਸਤਾਇਆ ਪਾਪਾ ਬਹੁਤ ਸਤਾਇਆ ਖਾਸ ਕਰ ਉਹ ਅੰਕਲ ਜਿਹੜੇ ਮੈਨੂੰ ਚੌਕਲੇਟ ਦਾ ਬਹਾਨਾ ਲਾ ਕੇ ਆਪਣੇ ਨਾਲ ਲੈ ਗਏ ਉਹ ਬਹੁਤ ਬੁਰੇ ਅੰਕਲ ਸੀ ਪਾਪਾ ਉਹ ਬਹੁਤ ਬੁਰੇ ਤੁਸੀਂ ਮੈਨੂੰ ਲੱਭਦੇ ਲੱਭਦੇ ਆਏ ਸੀ ਨਾ ਪਾਪਾ ਮੈਂ ਤੁਹਾਡੀ ਆਵਾਜ਼ ਸੁਣੀ ਸੀ ਪਰ ਮੈਂ ਕੁਝ ਬੋਲ ਨਾ ਸਕੀ ਤੁਸੀਂ ਮੈਨੂੰ ਪੁਕਾਰ ਸੀ ਪਾਪਾ ਪਰ ਮੈਂ ਤੁਹਾਡੀ ਆਵਾਜ਼ ਸੁਣਦਿਆਂ ਸੁਣਦਿਆਂ ਉੱਥੇ ਸੌਂਗੀ ਉੱਥੇ ਸੌਂਗੀ ਕੱਲੀ ਮੇਰੀ ਗੱਲ ਨਹੀਂ ਇੱਥੇ ਮਰਦੀਆਂ ਲੱਖ ਹਜ਼ਾਰ ਦੱਸੋ ਕਿੰਝ ਤੁਸੀਂ ਵੰਡੋਂਗੇ ਮੁਹੱਬਤਾਂ ਦੇ ਪੈਗਾਮ ਅਨਖਾ ਵਾਲਿਓ ਕਲਮਾ ਵਾਲਿਓ
दसो किसने कर्ज चुकाना तादे सब दे सिर ते आना सादे कतला दा इल्जाम सादे कतला दा इल्जाम सादे कतला दा इल्जाम। छप्पड़ चुना के बार है ना मेरी बेबे बाहर डंडा लेके खड़ी मैं कुट डर मारा आया मैं सारा दिन घर नहीं बड़िया बेबे कहती चल आ जा तू कल तो ना आ जा नहीं कुट दी जद मैं अंदर गया बेबे ने फट के चंगा ही झमता एह जी मार तो बचन का कोई गेम प्लान दसो कोस साहब ओ दसणगे कोस साहब दसेंगे शाबाश बहुत बढ़िया
ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।